ਚਿੱਠੀ ਆਪ ਲਿਖਣੇ ਵਾਲੇ ਨਾਲ ਅਸੀਂ ਅੱਜ ਭੱਠੇ ਨੂੰ ਅੱਗ ਲਾਉਣ ਲੱਗੇ ਹਾਂ। ਉਹਨਾਂ ਨੇ 2 ਮਹੀਨੇ ਵਾਸਤੇ ਭੱਠੇ ਬੰਦ ਕੀਤੇ ਸੀ ਸਮਾਨ ਦੀ ਵਜ੍ਹਾ ਤੋਂ, ਸਾਨੂੰ ਇਜਾਜ਼ਤ ਮਿਲ ਗਈ ਆ, ਹੁਣ ਅੱਲਾ ਖਿਆਲ ਕੇ ਅੱਗ ਚਲਾ ਲੈਣੀ ਆ। ਅੱਜ ਪਹਿਲਾਂ ਸਾਡਾ ਕੰਮ ਗਿੱਟ ਹੋ ਜਾਣਾ ਵਾ, ਅਤੇ ਉਹ ਅੱਲਾ ਖਿਆਲ ਕੇ 7-8 ਦਿਨਾਂ ਦਾ ਗਿੱਟ ਬਾਹਰ ਆ ਜਾਏਗੀ। ਗਿੱਟ ਬਾਹਰ ਆਉਣ ਦੇ ਨਾਲ ਫਿਰ ਤੁਹਾਨੂੰ ਅੱਗ ਚਲਾਉਣ ਦਾ ਤਰੀਕਾ ਇਹ ਦੱਸ ਦੇ, ਕਿੱਦਾਂ ਭੱਠੇ ਨਾਲ ਚੱਲ ਰਹੀ ਹੈ, ਕਿੱਦਾਂ ਇਹ ਇਹਨੂੰ ਅੱਗ ਚਾਲੂ ਕਰੀਦੀ ਆ, ਕਿੱਦਾਂ ਇਹਦਾ ਹਿਸਾਬ ਦਾ ਵਾ, ਤੁਹਾਨੂੰ ਸਾਰੀ ਯੂਟਿਊਬ ਦੇ ਵਿੱਚ ਅੱਜ ਸਾਰੀ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮਾਲੂਮਾਤ ਮਿਲ ਜਾਏਗੀ ਭੱਠੇ ਨੂੰ ਕਿੱਦਾਂ ਅੱਗ ਸਟਾਰਟ ਕਰੀਦੀ ਆ। ਜੀ ਅਸਲਾਮ ਨੰਬਰ ਲਾਉਣਾ ਇੱਥੇ, ਆਹ ਨੰਬਰ ਬਣ ਜੂ ਨਾ ਇਹ। ਅੱਛਾ, ਆਪੇ ਟੰਡ ਟੁੰਡ ਆਉਂਦੀ ਹੋਵੇ ਤਾਂ ਬੰਦਾ ਪਿੱਛੇ ਤਵੇ ਰੱਖ ਲੈਂਦਾ, ਸਹੀ ਹੋ ਗਿਆ, ਲੁੱਕ ਲਾ ਲੈਂਦਾ, ਫਿਰ ਕਮਜ਼ੋਰੀ ਨਹੀਂ ਹੁੰਦੀ। ਠੀਕ ਹੋ ਗਿਆ ਮਿਸਤਰੀ, ਲੱਕੜ ਨਾ ਉੱਪਰ ਤੱਕ ਭੰਨੀ ਆ, ਲੱਕੜ ਨਾ ਉੱਪਰ ਤੱਕ ਭੰਨੀ ਹੈ। ਉੱਤੇ ਕਾਲਾ ਤੇਲ ਪਾ ਦੇ, ਪਿਆਜ਼ ਹਾਂਜੀ, ਚਲੋ ਠੀਕ ਆ, ਉਦੋਂ ਪਾ ਦਿਓ ਤੇਲ। ਅੱਛਾ, ਅਤੇ ਮੈਂ ਸਟਾਫ ਤੋਂ ਡੀਜ਼ਲ ਵੀ ਲਿਆ ਦੂੰਗਾ, ਵੀ ਵਿੱਚ ਧੱਕ ਦਿਓ। ਅੱਛਾ, ਟਾਈਮ 1 ਮਿੰਟ ਬਾਅਦ ਟਾਈਮ 11:30, ਹਾਂਜੀ ਚਲੋ ਠੀਕ ਹੋ ਗਿਆ, ਮੈਂ ਲਿਆ ਦੂੰਗਾ, ਸਹੀ ਹੋ ਗਿਆ।
ਥੱਲੇ ਆ ਜਾਓ ਖਿੱਚ ਧੂੰਆਂ ਲਾ ਕੇ ਖਿੱਚ।